ਦੇਸ਼ ਦੀ ਕੌਮੀ ਖੇਡ ਹਾਕੀ ਨਾਲ ਸੰਬੰਧਿਤ ਅੱਜ ਦੀ ਵੱਡੀ ਸੂਚਨਾ ਇਹ ਸਾਹਮਣੇ ਆ ਰਹੀ ਹੈ ਕਿ ਇਸ ਸਾਲ ਜੁਲਾਈ ਅਗਸਤ ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਦੀ ਤਿਆਰੀ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਕੀ ਇੰਡੀਆ ਨੇ ਆਉਂਦੀਆਂ ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਪੁਰਸ਼ਾਂ ਦੀ ਟੀਮ ਦੇ ਕੌਮੀ ਸਿਖਲਾਈ ਕੈਂਪ ਲਈ 28 ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕਾ ਦੇ ਬੰਗਲੁਰੂ ਦੇ ਸਾਈ ਸੈਂਟਰ ਵਿੱਚ ਅੱਜ ਤੋਂ ਸ਼ੁਰੂ ਹੋਇਆ ਕੌਮੀ ਸਿਖਲਾਈ ਕੈਂਪ 13 ਮਈ ਤੱਕ ਚੱਲੇਗਾ। ਪਿਛਲੇ ਦਿਨੀਂ ਆਸਟ੍ਰੇਲੀਆ ਦੇ ਦੌਰੇ ਉੱਤੇ 5 ਮੈਚਾਂ ਦੀ ਟੈਸਟ ਲੜੀ ਵਿੱਚ 5-0 ਦੀ ਵੱਡੀ ਹਾਰ ਮਗਰੋਂ ਭਾਰਤੀ ਹਾਕੀ ਟੀਮ ਇਸ ਕੈਂਪ ਜ਼ਰੀਏ ਵਾਪਸੀ ਕਰ ਰਹੀ ਹੈ। ਇਸ ਕੈਂਪ ਦੇ ਮਗਰੋਂ ਭਾਰਤੀ ਹਾਕੀ ਟੀਮ FIH ਪ੍ਰੋ ਲੀਗ ਦੇ ਅਗਲੇ 2 ਗੇੜ ਖੇਡਣ ਲਈ ਯੂਰਪੀ ਦੇਸ਼ ਬੈਲਜੀਅਮ ਅਤੇ ਇੰਗਲੈਂਡ ਦੇ ਲੰਡਨ ਵਿਖੇ ਜਾਵੇਗੀ, ਜਿੱਥੇ ਉਹਨਾਂ ਦਾ ਟਾਕਰਾ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ। ਫਿਲਹਾਲ ਭਾਰਤੀ ਟੀਮ ਦਾ ਕੌਮੀ ਕੈਂਪ ਸ਼ੁਰੂ ਹੋ ਗਿਆ ਅਤੇ ਇਸ ਵਿੱਚ ਸਾਰੇ ਨਾਮੀ ਖਿਡਾਰੀ ਹਿੱਸਾ ਲੈ ਰਹੇ ਨੇ ਅਤੇ ਉਮੀਦ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਇਹਨਾਂ ਖਿਡਾਰੀਆਂ ਵਿੱਚੋਂ ਹੀ ਓਲੰਪਿਕ ਖੇਡਾਂ ਵਿੱਚ ਜਾਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਹੋਵੇਗਾ।